ਜਿੰਨੀਆਂ ਕੱਲ ਮੈਂ ਸਾਰਾ ਦਿਨ YouTube ਤੇ ਰੀਡਿੰਗ ਲੈ ਕੇ ਟਿਪਸ ਐਂਡ ਟ੍ਰਿਕਸ ਵੇਖਿਆ ਨਾ ਅੱਜ ਸਾਰੀਆਂ ਅਪਲਾਈ ਕਰਨੀਆਂ ਤੇ ਰੀਡਿੰਗ 50 ਮਿੰਟਾਂ 'ਚ ਖਤਮ ਕਰਨੀ ਹੈ ਚਲੋ ਸ਼ੁਰੂ ਕਰਦੇ ਹਾਂ ਵਾਇਗਰੂ ਦਾ ਨਾਮ ਲੈ ਕੇ ਰੀਡਿੰਗ ਸ਼ੁਰੂ ਕਰਦੇ ਹਾਂ ਕਿ ਫਰਸਟ ਕੁਐਸਚਨ ਟਾਈਪ ਹੈ ਟਰੂ ਫਾਲਸ ਨਾਟ 기ਵਨ ਕੀਵਰਡ ਨੂੰ ਆਪਾਂ ਅੰਡਰਲਾਈਨ ਕਰ ਲਿਆ ਲੋਕੇਸ਼ਨ ਲੱਭਦੇ ਹਾਂ ਓਕੇ ਲੋਕੇਸ਼ਨ ਲੋਕੇਸ਼ਨ ਔਰ ਲੱਭ ਗਈ ਲੋਕੇਸ਼ਨ ਆਨਸਰ ਇਜ਼ ਟਰੂ ਚਲੋ ਜੀ ਲੱਗਦਾ ਟਿਪਸ ਕਮ ਆਨ ਗੇਮ ਸਿਰਫ 18 ਤੋਂ ਠੀਕ ਛੇ ਟਿਆਰ ਇਹਨੇ ਪੜ ਕੇ ਆਨਸਰ ਕੀਤੇ ਲੋਕੇਸ਼ਨਾਂ ਲੱਭ ਲੱਭ ਕੇ ਤਾਂ ਜਿਕਰ ਤੁਹਾਡੇ ਸਾਰੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ ਰੀਡਿੰਗ ਕਰਨ ਲੱਗਿਆ ਤੁਹਾਨੂੰ ਲੋਕੇਸ਼ਨਸ ਲੱਭ ਜਾਂਦੀਆਂ ਬਟ ਆਨਸਰ ਤੁਹਾਡਾ ਫਿਰ ਵੀ ਗਲਤ ਹੋ ਜਾਂਦਾ ਹੈ ਦੈਨ ਇਹ ਵੀਡੀਓ ਸਾਰੀ ਦੇਖਿਓ ਸਕਿਪ ਕਰਕੇ ਨਾ ਦੇਖਿਓ ਤੁਹਾਨੂੰ ਹਰ ਇੱਕੋ ਚੀਜ਼ ਪਤਾ ਲੱਗੂ ਕਿ ਤੁਹਾਡਾ ਲੋਕੇਸ਼ਨ ਲੱਭਣ ਦੇ ਬਾਵਜੂਦ ਵੀ ਤੁਹਾਡਾ ਆਨਸਰ ਕਿਉਂ ਗਲਤ ਹੋ ਜਾਂਦਾ ਹੈ ਸਾਰੇ ਡਾਊਟ ਆਪਾਂ ਕਲੀਅਰ ਕਰਾਂਗੇ ਸੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਜਿਹਦਾ ਨਾਮ IELTS Journey 46 ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਤੇ ਅੱਜ ਦੀ ਵੀਡੀਓ ਬਹੁਤ ਇੰਟਰਸਟ ਸੋ ਸਟੂਡੈਂਟ ਵੇਖੋ ਸਕਰੀਨ ਦੇ ਉੱਤੇ ਟਰੂ ਫਾਲਸ ਨਾਟ 기ਵਨ ਕੁਐਸਚਨ ਟਾਈਪ ਲਈ ਅੱਗੇ ਬਲੈਂਕ ਵੀ ਕਰਾਉਂਗਾ ਠੀਕ ਆ ਸੋ ਲੋਕੇਸ਼ਨ ਲਬਲੀ ਲੋਕੇਸ਼ਨ ਲੱਭ ਤੋਂ ਬਾਅਦ ਵੀ ਆਨਸਰ ਗਲਤ ਹੁੰਦੇ ਆ ਜ਼ਿਆਦਾਤਰ ਸਟੂਡੈਂਟ ਦੀ ਇਹੋ ਪ੍ਰੋਬਲਮ ਹੁੰਦੀ ਆ ਕਿ ਉਹ ਕਿਉਂ ਹੁੰਦਾ ਕਿਉਂਕਿ ਆਪਾਂ ਕੁਐਸਚਨ ਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦੀ ਚੀਜ਼ ਮਿਸ ਕਰ ਜਾਂਦੇ ਨੇ ਜਿਹਨੂੰ ਆਪਾਂ ਮਿਸ ਮੈਚ ਕਰਕੇ ਪੈਰਾਗ੍ਰਾਫ ਦੇ ਨਾਲ ਆਨਸਰ ਗਲਤ ਕਰ ਲੈਨੇ ਆ ਬਟ ਇਸ ਤਰ੍ਹਾਂ ਨਹੀਂ ਹੋਊਗਾ ਅੱਗੇ ਤੋਂ ਜੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਵੇਖੋਗੇ ਵੇਖੋ ਕੁਐਸਚਨ 'ਚ ਕੀ ਲਿਖਿਆ ਹੈ ਮਾਡਰਨ ਅਫੀਸ਼ੀਅਲ ਐਥਲੈਟਿਕ ਰਿਕਾਰ ਕਹਿੰਦੇ 1900 ਤੋਂ ਲੱਗ ਛੇਕੇ ਤੋਂ ਮਤਲਬ ਲੱਗੇ ਛੇਕੇ ਇਨ ਦਾ ਸੈਂਸ ਆਫ ਅਬਾਊਟ ਵਰਡ ਹੁਣ ਜਿਆਦਾਤਰ ਬੱਚੇ ਇਥੇ ਕੀਆ ਜਿਹੜੇ ਰਿਕਾਰਡਸ ਆ ਇਹਨੂੰ ਅੰਡਰਲਾਈਨ ਕਰਨਗੇ ਐਥਲੈਟਿਕ ਨੂੰ ਅੰਡਰਲਾਈਨ ਕਰਨਗੇ ਤੇ ਚੱਲ ਵੀ ਨਾਲ ਹੀ ਪੈਰਾਗ੍ਰਾਫ ਉਹ ਲੱਜ ਜਾਣਗੇ ਤੇ ਇਨਫੋਰਮੇਸ਼ਨ ਲੱਭਣੀ ਸ਼ੁਰੂ ਕਰ ਦੇਣਗੇ ਕੀਵਰਡ ਜਿੱਥੇ ਮੈਚ ਹੋ ਗਿਆ ਉਹਨਾਂ ਨੇ ਟਰੂ ਫਾਲਸ ਨੂੰ ਇੱਕ ਨਾ ਆਨਸਰ ਲਾ ਦੇਣਾ ਹੈ ਆਨਸਰ ਇਸ ਤਰ੍ਹਾਂ ਕੀ ਨਾ ਗਲਤ ਹੋ ਜਾਂਦਾ ਜਿਵੇਂ ਇਥੇ ਅਬਾਊਟ ਵਰਡ ਆ ਮਤਲਬ ਕਿ ਉਹਦੇ ਲੱਗੇ ਛੇਕੇ ਮਤਲਬ ਉਦੋਂ ਤੋਂ ਠੀਕ ਐ ਐਗਜ਼ੈਕਟ ਟਾਈਮ ਦਿੱਤਾ ਮਤਲਬ ਲੱਗੇ ਛੇਕੇ ਤੋਂ 19 ਉੱਚਾ ਕਿਵੇਂ ਆਨਸਰ ਫਾਈਂਡ ਆਊਟ ਕਰਨਾ ਬਟ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਵਰਡ ਜਿਹੜੇ ਇੰਪੋਰਟੈਂਟ ਹੁੰਦੇ ਹਨ ਨਾ ਲिटल ਅ ਮੋਰ ਮੋਰ ਆਫਨ ਜਾਂ ਜਿਸ ਤਰ੍ਹਾਂ ਇਹਦੇ ਵਿੱਚ ਅਬਾਊਟ ਹੈ ਹੁਣ ਅਗਲੀ ਸਕਰੀਨ ਤੇ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਇਹਦਾ ਆਨਸਰ ਇਹਨਾਂ ਪਹਿਲੀਆਂ ਤਿੰਨ ਲਾਈਨਾਂ ਦੇ ਵਿੱਚ ਆ ਠੀਕ ਹੈ ਹੁਣ ਵੇਖਿਓ ਇੱਥੇ ਜ਼ਿਆਦਾਤਰ ਬੱਚੇ ਕੀ ਕਰਨਗੇ ਕਿਉਂਕਿ ਕੁਐਸਚਨ ਦੇ ਵਿੱਚ 1900 ਲਿਖਿਆ ਮਤਲਬ 19 ਸੈਂਚਰੀ ਤੇ ਇਹਦੇ ਵਿੱਚ ਪਹਿਲੀ ਲਾਈਨ 'ਚ ਲਿਖਿਆ ਦੇਖੋ 20 ਸੈਂਚਰੀ ਹੁਣ ਬੱਚੇ ਇੱਥੇ ਸਿੱਧਾ ਹੀ ਆਨਸਰ ਕੀ ਕਰ ਦੇਣਗੇ ਉਹਨਾਂ ਨੇ ਫਾਲਸ ਲਾ ਦੇਣਾ ਤੇ ਆਨਸਰ ਗਲਤ ਆਪਣਾ ਕਰ ਲੈਣਾ ਹੈ but ਉਹਦੇ ਵਿੱਚ ਇੱਕ ਵਰਡ ਦਿੱਤਾ ਹੈ अबाउट ਜਿਹੜਾ ਕਿ ਮੈਂ ਤੁਹਾਨੂੰ ਹੁਣ ਐਕਸਪਲੇਨ ਕੀਤਾ ਕਿ ਉਹਦੇ ਲਾਗੇ ਛਾਗੇ ਤੋਂ ਮਤਲਬ ਉਹਨਾਂ ਨੇ ਜਿਹੜੇ ਰਿਕਾਰਡ ਜਿਹੜਾ ਸੀ ਉਹ ਰੱਖਣੇ ਸਟਾਰਟ ਕੀਤੇ ਠੀਕ ਹੈ ਜਾਂ ਰੱਖੇ ਸੋ ਇਹਦੀਆਂ ਪਹਿਨੀਆਂ ਤੇ ਨਾਈਨਾਂ ਪੜੋ ਜਿੱਥੇ ਲਿਖਿਆ ਸਿਨਸ ਦਾ अर्ਲੀ ইয়ারਸ ਆਫ ਦਾ 20th ਸੈਂਚਰੀ ਵੈਨ ਦਾ ਇੰਟਰਨੈਸ਼ਨਲ ਐਥਲੈਟਿਕ ਫੈਡਰੇਸ਼ਨ బిগান ਕੀਪਿੰਗ ਰਿਕਾਰਡਸ ਵੇਖੋ ਸਿਨਸ ਦਾ अर्ਲੀ ইয়ারਸ ਆਫ 20th ਸੈਂਚਰੀ ਮਤਲਬ ਕਿ ਮਤਲਬ ਕਿ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਨੇ ਜਿਹੜੇ ਆਪਣੇ ਰਿਕਾਰਡ ਜਿਹੜੇ ਉਹ ਰੱਖਣੇ ਸਟਾਰਟ ਜਿਹੜੇ ਆ ਸ਼ੁਰੂ ਕਰ ਦਿੱਤੇ ਸੀ 19 ਸੈਂਚਰੀ ਮਤਲਬ ਜਦੋਂ ਖਤਮ ਹੋਈ ਤੇ ਮਤਲਬ ਲਾਗੇ ਛੱਗ ਗਈ ਆ ਮਤਲਬ 19 ਸੈਂਚਰੀ ਖਤਮ ਹੋਈ ਤੇ 20 ਸੈਂਚਰੀ ਦੇ अर्ਲੀ ইয়ারਸ ਦੇ ਵਿੱਚ ਇਹਨਾਂ ਨੇ ਸਟਾਰਟ ਕਰ ਦਿੱਤੇ ਸੀ ਤੇ ਆਨਸਰ ਇਸ ਕਰਕੇ ਜੇ ਤੁਸੀਂ ਇਹ ਵਰਡ ਅਬਾਊਟ ਨਾ ਮਿਸ ਕੀਤਾ ਹੁੰਦਾ ਤੇ ਤੁਹਾਡਾ ਆਨਸਰ ਇਹ ਸਹੀ ਹੋਣਾ ਸੀ ਇਹਦਾ ਸਹੀ ਆਨਸਰ ਜਿਹੜਾ ਉਹ ਕੀ ਆ ਉਹ ਆ ਟਰੂ ਸੋ ਇਸ ਤਰ੍ਹਾਂ ਉਹ ਜਿਹੜੇ ਵਰਡ ਦਿੱਤੇ ਹੁੰਦੇ ਉਹਨਾਂ ਨੂੰ ਮਿਸ ਨਾ ਕਰਿਆ ਕਰੋ ਇਹ ਨਹੀਂ ਤੇ 19 ਦਿੱਤਾ ਤੇ 20 ਦਿੱਤਾ ਤੇ ਚੁੱਕ ਕੇ ਆਪਾਂ ਆਨਸਰ ਫਾਲਸ ਲਾ ਦਿੱਤਾ ਇਹ ਆਨਸਰ ਗਲਤ ਹੋਊਗਾ ਇਸ ਤਰ੍ਹਾਂ ਤੁਹਾਡਾ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਮਝ ਲੱਗ ਗਈ। ਸੋ ਨੈਕਸਟ ਕੁਐਸਚਨ ਟਾਈਪ ਆਪ ਲਈ ਫਿਲਿੰਗ ਦ ਬਲੈਂਕਸ ਸੋ ਇਹਦੇ ਵਿੱਚ ਵੀ ਆਪਾਂ ਸੇਮ ਉਹ ਤਰੀਕਾ ਜਿਹੜਾ ਪਨਾਉਣਾ ਹੈ ਵਰਡ ਟੂ ਵਰਡ ਮੈਚ ਨਹੀਂ ਕਰਨਾ ਹੈ ਰੀਡਿੰਗ ਦਾ ਸਭ ਤੋਂ ਵੱਡਾ ਟਰੈਪ ਇਹੋ ਹੀ ਹੁੰਦਾ ਹੈ ਸਟੂਡੈਂਟ ਇਸ ਵਿੱਚ ਫਸ ਜਾਂਦੇ ਜੀ। ਵੇਖੋ ਬਲੈਂਕ ਪਰੋ ਬਲੈਂਕ ਕੀ ਆ? ਯੈਸਸ ਲਿੰਕਸ ਐਂਡ ਇਨੈਡੀਕੁਏਟ ਡਾਈਟ ਟੂ। ਮਤਲਬ ਜਿਹੜਾ ਯੈਸਸ ਆ ਉਹ ਜੋੜਦਾ ਆ ਇਨੈਡੀਕੁਏਟ ਡਾਈਟ ਟੂ ਮਤਲਬ ਕਿ ਜਿਹੜਾ ਨਾ ਕਾਫੀ ਭੋਜਨ ਹੁੰਦਾ ਨਾ ਕਾਫੀ ਮਤਲਬ ਕੀ ਜਿੰਨੀ ਜ਼ਰੂਰਤ ਆ ਉਸ ਤੋਂ ਘੱਟ ਭੋਜਨ ਮਿਲਣਾ। ਯਾ ਇਨੈਡੀਕੁਏਟ ਮਤਲਬ ਨਾ ਕਾਫੀ ਪਹੁੰਚ ਜਿਹਨੂੰ ਆਪਾਂ ਕਹਿ ਸਕਦੇ ਆ ਮਾਤਰਾ ਤੋਂ ਘੱਟ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਉਹ ਜਦ ਯਸਸ ਆ ਉਹ ਇਸ ਚੀਜ਼ ਨੂੰ ਕਿਹਦੇ ਨਾਲ ਜੋੜਦਾ ਹੈ ਉਹ ਆਪਾਂ ਦੇਖਣਾ ਹੈ ਇਨੈਡੀਕੁਏਟ ਡਾਈਟ ਨੂੰ ਕਿਹਦੇ ਨਾਲ ਜੋੜਦਾ ਹੈ ਯਾ ਉਹਦੇ ਨਾਲ ਕੀ ਹੁੰਦਾ ਹੈ ਉਹ ਚੀਜ਼ ਆਪਾਂ ਵੇਖਣੀ ਹੈ ਜੇ ਆਪਾਂ ਇੱਕ ਵਾਰੀ ਕੁਐਸਚਨ ਦੀ ਡਿਮਾਂਡ ਨੂੰ ਅੰਡਰਸਟੈਂਡ ਕਰ ਲਿਆ ਦੈਨ ਆਨਸਰ ਆਪਾਂ ਨੂੰ ਲੱਭ ਜੂਗਾ ਇਹ ਨਹੀਂ ਕਿ ਆਪਾਂ ਨੂੰ ਡਾਈਟ ਵਰਡ ਉੱਥੇ ਪਿਆ ਮਿਲ ਜੂਗਾ ਯਾ ਇਨੈਡੀਕੁਏਟ ਵਰਡ ਉੱਥੇ ਸਿੱਧਾ ਪਿਆ ਮਿਲ ਜੂਗਾ ਜਾਂ ਲਿੰਕਸ ਲਿਖਿਆ ਹੋਊਗਾ ਇਸ ਤਰ੍ਹਾਂ ਆਨਸਰ ਨਹੀਂ ਲੱਭਣਾ ਉਹਨਾਂ ਸੋ ਨੈਕਸਟ ਸਕਰੀਨ ਤੇ ਆਪਾਂ ਦੇਖਦੇ ਹਾਂ ਸੋ ਸਕਰੀਨ ਤੇ ਦੇਖੋ ਇਸ ਪੈਰਾਗ੍ਰਾਫ ਦੇ ਵਿੱਚ ਦਾ ਆਨਸਰ ਹੈ ਬੜਾ ਆਪਾਂ ਕੁਐਸਚਨ ਦਿਮਾਗ 'ਚ ਰੱਖਣਾ ਕਿ ਜਿਹੜੀ ਡਾਈਟ ਨਾਲ ਕਾਫੀ ਪੁੱਜਨੇ ਆ ਉਹਦੇ ਨਾਲ ਕੀ ਹੁੰਦਾ ਹੈ ਠੀਕ ਹੈ ਇਹ ਧਿਆਨ ਨਾਲ ਦੇਖਣਾ ਆਪਾਂ ਹੁਣ ਸਟਾਰਟ ਕਿ ਇਨ ਨਿਊਟ੍ਰੀਸ਼ਨ ਇਜ਼ ਅਨਦਰ ਏਰੀਆ ਦੈਟ سپورਟ ਟ੍ਰੇਨਰ ਹੈ ਫੇਲਡ ਇਨ ਅਡਰੈਸ ਐਡਿਕੁਏਟਲੀ ਮੈਨੀ ਥਲੀਟਸ ਆਰ ਨਾਟ ਗੈਟਿੰਗ ਦਾ ਬੈਸਟ ਨਿਊਟ੍ਰੀਸ਼ਨ ਈਵਨ ਦੋ ਸਪਲੀਮੈਂਟਸ ਓਕੇ ਹੁਣ ਆਪਣੀ ਲੋਕੇਸ਼ਨ ਆ ਗਈ ਯੈਸ ਇਸ ਇਨਸਿਸਟ ਇਨਸਿਸਟ ਮਤਲਬ ਕਿ ਜ਼ੋਰ ਦਿੰਦਾ ਆ ਈਚ ਐਕਟੀਵਿਟੀ ਹੈਜ਼ ਇਟ ਫੋਰ ਇਗਜ਼ੈਂਪਲ ਅੰਡਰਸਟੈਂਡ ਹਾਊ ਡੈਫੀਸ਼ੀਐਂਸੀਸ ਦੇਖੋ ਆਪਣੀ ਲਿਗੇਸ਼ਨ ਆ ਗਈ ਹਾਊ ਡੈਫੀਸ਼ੀਐਂਸੀ ਮਤਲਬ ਕਿ ਕਮੀਆਂ ਹੋਣਾ ਇਨ ਟ੍ਰੇਸ ਮਿਨਰਲਸ ਮਿਨਰਲਸ ਮਤਲਬ ਵੇਖੋ ਖਾਣ ਪੀਣ ਦੀ ਗੱਲ ਆ ਰਹੀ ਹੈ ਨਾ ਕਿ ਮਿਨਰਲਸ ਉਸ ਚੀਜ਼ ਦੇ ਵਿੱਚ ਫੂਡ ਦੇ ਵਿੱਚ ਕਿੰਨੇ ਕਿ ਮਿਨਰਲਸ ਆ ਟ੍ਰੇਸ ਕਰਨਾ ਮਤਲਬ ਉਹਨਾਂ ਨੂੰ ਦੇਖਣਾ ਪਰਖਣਾ ਤੇ ਅੱਗੇ ਲਿਖਿਆ ਟ੍ਰੇਸ ਮਿਨਰਲਸ ਕੈਨ ਲੀਡ ਟੂ ਇੰਜਰੀਜ਼ ਵੇਖੋ ਉਹਦੇ ਨਾਲ ਕੀ ਹੋ ਜਾਂਦਾ ਵਾ ਇੰਜਰੀਜ਼ ਉਹ ਕਿਹਦੇ ਨਾਲ ਕਰ ਰਿਹਾ ਐਂਡ ਦੇ ਉੱਤੇ ਇੰਜਰੀਜ਼ ਦੇ ਨਾਲ ਸੋ ਆਰ ਆਨਸਰ ਇਜ਼ ਇੰਜਰੀਜ਼ ਸੋ ਦੈਟ ਇਜ਼ ਹਾਊ ਯੂ ਕੈਨ ਫਾਈਂਡ ਆਊਟ ਯਰ ਕਰੈਕਟ ਆਨਸਰਸ ਕੁਐਸਚਨ ਤੇ ਜ਼ਿਆਦਾ ਫੋਕਸ ਰੱਖੋ ਪੈਰਾਗ੍ਰਾਫ ਪੜ੍ਹ ਪੜ੍ਹ ਕੇ ਦਿਮਾਗ ਖਰਾਬ ਨਾ ਕਰੋ ਇਸ ਤਰ੍ਹਾਂ ਆਨਸਰ ਫਾਈਂਡ ਆਊਟ ਨਹੀਂ ਹੋਣੇ ਹਮੇਸ਼ਾ ਕੁਐਸਚਨ ਦੀ ਡਿਮਾਂਡ ਨੂੰ ਸਮਝੋ ਤੇ ਆਪਣੇ ਆਨਸਰ ਨੂੰ ਕਰੈਕਟ ਕਰੋ ਸੋ ਜੇ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਪੋਰਟ ਕਰਿਓ ਮਿਲਦੇ ਆ ਨੈਕਸਟ ਵੀਡੀਓ